ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ, ਚੱਲਦੀ ਹੋਈ ਵੀਡੀਓ ਨੂੰ ਲਾਈਕ ਅਤੇ ਕਮੈਂਟ ਵੀ ਜ਼ਰੂਰ ਕਰਿਓ। ਅੱਜ ਗੱਲ ਕਰਦੇ ਹਾਂ 4 ਮਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ, ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ। 4 ਮਈ ਜਿਵੇਂ ਆਪਾਂ ਸਵੇਰੇ ਵੇਲੇ ਦੱਸਿਆ ਹੋਇਆ ਸੀਗਾ ਕਿ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪੰਜਾਬ ਦਾ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ, ਤਕਰੀਬਨ ਉਸੇ ਤਰ੍ਹਾਂ ਹੀ ਹੋਇਆ। ਪਰ ਇਹ ਵੀ ਦੱਸਿਆ ਹੋਇਆ ਸੀਗਾ ਕਿ ਬਾਅਦ ਦੁਪਹਿਰ ਥੋੜ੍ਹੇ ਬਹੁਤੇ ਖੇਤਰਾਂ ਦੇ ਵਿੱਚ ਬੱਦਲਬਾਈ ਬਣ ਸਕਦੀ ਹੈ ਜੇਕਰ ਗਰਮੀ ਅਤੇ ਹੁੰਮਸ ਵਾਲਾ ਮਾਹੌਲ ਬਣਿਆ। ਪਰ ਬਹੁਤ ਸਾਰੇ ਸੀਮਿਤ ਖੇਤਰਾਂ ਦੇ ਵਿੱਚ ਹੀ ਅਜਿਹਾ ਮਾਹੌਲ ਬਣਿਆ। ਜ਼ਿਆਦਾਤਰ ਇਲਾਕਿਆਂ ਦੇ ਵਿੱਚ ਗਰਮੀ ਤਾਂ ਜ਼ਰੂਰ ਹੈ ਪਰ ਤੇਜ਼ ਹਵਾਵਾਂ ਵੀ ਨਾਲ ਚੱਲ ਰਹੀ ਹਨ, ਜਿਸ ਕਰਕੇ ਗਰਮੀ ਅਤੇ ਹੁੰਮਸ ਵਾਲਾ ਮਾਹੌਲ ਘੱਟ ਬਣਿਆ ਹੈ, ਜਿਸ ਸਦਕਾ ਮੀਂਹ ਪੈਣ ਦੀਆਂ ਜਿਹੜੀਆਂ 15-20% ਇਲਾਕਿਆਂ ਦੇ ਵਿੱਚ ਸੰਭਾਵਨਾ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਸਨ, ਉਹ ਵੀ ਨਾ ਮਾਤਰ ਜਿਹੀਆਂ ਹੀ ਰਹਿ ਗਈਆਂ ਹਨ। ਸ਼ਾਮ ਵੇਲੇ ਹੋ ਸਕਦਾ ਕਿ ਰਾਜਸਥਾਨ ਜਾਂ ਹਰਿਆਣੇ ਦੇ ਨਾਲ ਲੱਗਦੇ ਥੋੜ੍ਹੇ ਬਹੁਤੇ ਖੇਤਰਾਂ ਦੇ ਵਿੱਚ ਗਰਜ ਲਸ਼ਕਣ ਵਾਲੇ ਬੱਦਲ ਦਿਖਾਈ ਦੇ ਸਕਦੇ ਹਨ, ਪਰ ਮੀਂਹ ਦੀਆਂ ਕਾਰਵਾਈਆਂ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਮਾਝੇ ਦੇ ਆਪਣੇ ਗੁਰਦਾਸਪੁਰ ਹੋ ਗਿਆ, ਪਠਾਨਕੋਟ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹੋ ਸਕਦਾ ਕਿ ਮਾੜੇ ਮੋਟੇ ਬੱਦਲ ਬਣ ਜਾਣ ਜਾਂ ਪਹਾੜਾਂ ਦੇ ਸਾਈਡ ਮਾੜੇ ਮੋਟੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ, ਪਰ ਉਹ ਵੀ ਸੀਮਿਤ ਜਿਹੇ ਖੇਤਰਾਂ ਦੇ ਵਿੱਚ। ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ, ਖਾਸ ਕਰਕੇ ਮਾਝੇ ਅਤੇ ਦੁਆਬੇ ਦੇ ਜਿਹੜੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਵਿੱਚ ਮੌਸਮ ਸਾਫ਼ ਹੀ ਰਹੇਗਾ। ਦੂਸਰੀ ਤਰਫ ਟੈਂਪਰੇਚਰ ਅੱਜ ਅੱਗੇ ਨਾਲੋਂ ਵਧਿਆ ਹੈ, ਕੁਝ ਜਗ੍ਹਾ 'ਤੇ 40 ਡਿਗਰੀ ਨੂੰ ਇਹ ਟੈਂਪਰੇਚਰ ਪਾਰ ਕਰ ਜਾਵੇਗਾ ਅਤੇ ਅਗਲੇ 5-7 ਦਿਨ ਕੋਈ ਵੀ ਸਿਸਟਮ ਆਉਂਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਮੌਸਮ ਸਾਫ਼ ਰਹੇਗਾ ਅਤੇ ਗਰਮੀ ਵਿੱਚ ਵਾਧਾ ਦੇਖਿਆ ਜਾਵੇਗਾ। ਸ਼ਿਮਲਾ ਹਿਮਾਚਲ ਦੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਵਿੱਚ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ। ਟੁੱਟਵੇਂ ਤੌਰ 'ਤੇ ਲਗਾਤਾਰ ਪਹਾੜਾਂ ਦੇ ਵਿੱਚ ਮੀਂਹ ਪੈਂਦਾ ਰਹੇਗਾ ਅਤੇ ਪੰਜਾਬ ਦੇ ਵਿੱਚ ਕੋਈ ਉਹਨਾਂ ਦਾ ਅਸਰ ਦਿਖਾਈ ਨਹੀਂ ਦੇ ਰਿਹਾ ਅਤੇ ਪੰਜਾਬ ਦਾ ਮੌਸਮ ਅਗਲੇ 3-4 ਦਿਨ ਸਾਫ਼ ਰਹੇਗਾ।